ਹਮੇਸ਼ਾ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਭਨਾਂ ਦਾ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਅਸੀਂ ਕਦੀ ਕਦੀ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਪੰਜਾਬੀ ਦੇ ਨਾਮਵਰ ਕਹਾਣੀਕਾਰਾਂ ਦੀਆਂ ਬਹੁਤ ਪ੍ਰਸਿੱਧ ਅਤੇ ਕਲਾਸਿਕੀ ਦਰਜਾ ਹਾਸਿਲ ਕਰ ਚੁੱਕੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਹਾਂ। ਇੰਝ ਕਰਨ ਦਾ ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਸਾਹਿਤ ਦੀਆਂ ਮੁੱਲਵਾਨ ਰਚਨਾਵਾਂ ਤੋਂ ਜਾਣੂ ਕਰਵਾ ਕੇ ਸਾਹਿਤ ਨਾਲ ਪਿਆਰ ਪੈਦਾ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰਨਾ ਹੈ, ਕਿਉਂਕਿ ਸਾਡੀ ਨਵੀਂ ਪੀੜ੍ਹੀ ਸੋਸ਼ਲ ਮੀਡੀਏ ਦੀ ਡੂੰਘੀ ਪਕੜ ਕਰਕੇ ਸਾਹਿਤ ਨਾਲੋਂ ਟੁੱਟਦੀ ਜਾ ਰਹੀ ਹੈ। ਅਤੇ ਅੱਜ ਅਸੀਂ ਸੋਚਿਆ ਕਿ ਤੁਹਾਨੂੰ ਕੁਝ ਸੰਸਾਰ ਪ੍ਰਸਿੱਧ ਲੇਖਕਾਂ ਦੀਆਂ ਲਿਖਤਾਂ ਨਾਲ ਵੀ ਕਿਉਂ ਨਾ ਜਾਣੂ ਕਰਵਾਇਆ ਜਾਵੇ। ਅਤੇ ਇਸ ਸਿਲਸਿਲੇ ਵਿੱਚ ਅਸੀਂ ਸੰਸਾਰ ਪ੍ਰਸਿੱਧ ਕਹਾਣੀਕਾਰ ਚੈਖਵ ਦੀ ਸੰਸਾਰ ਪ੍ਰਸਿੱਧ ਕਹਾਣੀ ਦੁੱਖ ਸਾਂਝੀ ਕਰਨੀ ਹੈ। ਪਰ ਕਿਉਂ ਨਾ ਪਹਿਲਾਂ ਕੁਝ ਜਾਣਕਾਰੀ ਇਸ ਲੇਖਕ ਚੈਖਵ ਬਾਰੇ ਵੀ ਸਾਂਝੀ ਕਰ ਲਈਏ। ਇਹ ਤਿੰਨ ਪਾਵਲੋਚੋਵ ਚੈਖਵ ਇੱਕ ਪ੍ਰਸਿੱਧ ਰੂਸੀ ਲੇਖਕ ਸੀ। ਉਸਨੂੰ ਆਧੁਨਿਕ ਕਾਲ ਦਾ ਪ੍ਰਸਿੱਧ ਕਹਾਣੀਕਾਰ ਅਤੇ ਨਾਟਕਕਾਰ ਮੰਨਿਆ ਜਾਂਦਾ ਹੈ। ਉਹ ਪੇਸ਼ੇ ਵਜੋਂ ਡਾਕਟਰ ਸੀ। ਕਹਾਣੀ ਚੈਖਵ ਤੋਂ ਪਹਿਲਾਂ ਵੀ ਸੀ ਅਤੇ ਬੇਸ਼ੱਕ ਇੱਕ ਲੋਕ ਪਿਆਰੀ ਵਿਧਾ ਵੀ ਸੀ, ਪਰ ਚੈਖਵ ਤੋਂ ਬਾਅਦ ਕਹਾਣੀ ਹੋਰ ਵੀ ਉੱਚੇ ਮੁਕਾਮ 'ਤੇ ਪਹੁੰਚ ਗਈ। ਉਹਨੇ ਆਪਣੀ ਕਲਾ ਦੀ ਸਾਦਗੀ ਨਾਲ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀਆਂ ਅਜਿਹੀਆਂ ਕਹਾਣੀਆਂ ਲਿਖੀਆਂ ਕਿ ਅੱਜ ਵੀ ਉਹ ਸੰਸਾਰਿਕ ਕਹਾਣੀ ਦੇ ਆਕਾਸ਼ ਉੱਤੇ ਧਰੂ ਤਾਰੇ ਵਾਂਗ ਚਮਕਦਾ ਨਜ਼ਰ ਆਉਂਦਾ ਹੈ। ਚੈਖਵ ਦਾ ਪ੍ਰਸਿੱਧ ਕਥਨ ਹੈ ਕਿ ਕਹਾਣੀ ਵਿੱਚ ਕੁਝ ਵੀ ਫਾਲਤੂ ਨਹੀਂ ਹੋਣਾ ਚਾਹੀਦਾ। ਜੇਕਰ ਕਹਾਣੀ ਦੇ ਪਹਿਲੇ ਭਾਗ ਵਿੱਚ ਦੀਵਾਰ 'ਤੇ ਬੰਦੂਕ ਟੰਗੀ ਵਿਖਾਈ ਗਈ ਹੈ ਤਾਂ ਕਹਾਣੀ ਦੇ ਅੰਤਿਮ ਭਾਗ ਤੱਕ ਉਸਨੂੰ ਜ਼ਰੂਰ ਚੱਲ ਜਾਣਾ ਚਾਹੀਦਾ ਹੈ। ਕੋਈ ਹੈਰਾਨੀ ਨਹੀਂ ਜੋ ਚੈਖਵ ਦਾ ਬਾਅਦ ਦੀ ਕਹਾਣੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ। ਅਤੇ ਅੱਜ ਚੈਖਵ ਦੇ ਜਾਣ ਦੇ 100 ਸਾਲ ਬਾਅਦ ਵੀ ਕੋਈ ਕਹਾਣੀ ਲਿਖਣਾ ਸ਼ੁਰੂ ਕਰੇਗਾ ਤਾਂ ਉਸਨੂੰ ਚੈਖਵ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਵੇਗੀ। ਸੋ ਚੈਖਵ ਨੇ ਅਨੇਕਾਂ ਯਾਦਗਾਰੀ ਕਹਾਣੀਆਂ ਲਿਖੀਆਂ ਅਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਕਹਾਣੀ ਦੁੱਖ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਦੁੱਖ ਇੱਕ ਗਰੀਬ ਕੋਚਵਾਨ ਲੋਨਾ ਦੀ ਕਹਾਣੀ ਹੈ, ਜਿਸ ਦੇ ਇਕਲੌਤੇ ਜਵਾਨ ਬੇਟੇ ਦੀ ਮੌਤ ਹੋ ਗਈ ਹੈ। ਜੋ ਕਿਸੇ ਨੂੰ ਇਸ ਬਾਰੇ ਵਿਸਥਾਰ ਨਾਲ ਦੱਸ ਕੇ ਆਪਣਾ ਦੁੱਖ ਹਲਕਾ ਕਰਨਾ ਚਾਹੁੰਦਾ ਹੈ, ਲੇਕਿਨ ਕਿਸੇ ਨੂੰ ਉਸ ਦੀ ਗੱਲ ਸੁਣਨ ਦੀ ਫੁਰਸਤ ਹੀ ਨਹੀਂ ਹੈ। ਅਤੇ ਅੰਤੋਂ ਬੇਟੇ ਦੀ ਮੌਤ ਦਾ ਗਮ ਆਪਣੀ ਘੋੜੀ ਦੇ ਨਾਲ ਵੰਡਣ ਨੂੰ ਮਜਬੂਰ ਹੁੰਦਾ ਹੈ। ਸੋ ਇਨਸਾਨਾਂ ਦੀ ਧਰਤੀ ਉੱਤੇ ਅਨੇਕ ਇਨਸਾਨ ਅਜਿਹੇ ਵੀ ਨੇ ਜੋ ਆਪਣਾ ਦੁੱਖ ਕਿਸੇ ਦੇ ਨਾਲ ਵੰਡ ਨਹੀਂ ਸਕਦੇ। ਸੋ ਇਸ ਕਹਾਣੀ ਵਿੱਚ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਇੱਕ ਦੁੱਖ ਹੈ, ਉਹਦਾ ਦੂਜਾ ਦੁੱਖ ਇਹ ਹੈ ਕਿ ਇਹ ਦੁੱਖ ਕਿਸੇ ਦੇ ਨਾਲ ਵੰਡਿਆ ਨਹੀਂ ਜਾ ਸਕਿਆ, ਲੇਕਿਨ ਇਸ ਤੋਂ ਵੀ ਵੱਡਾ ਤੀਜਾ ਦੁੱਖ ਵੀ ਹੈ। ਤੀਜਾ ਦੁੱਖ ਹੈ ਕਿ ਲੋਨਾ ਦਾ ਇਹ ਸੋਚਣਾ ਕਿ ਸ਼ਾਇਦ ਉਹ ਆਪਣੇ ਦੁੱਖ ਨੂੰ ਜ਼ਾਹਿਰ ਕਰਨ ਦਾ ਠੀਕ ਤਰੀਕਾ ਨਹੀਂ ਜਾਣਦਾ, ਵਰਨਾ ਲੋਕ ਜ਼ਰੂਰ ਸੁਣਦੇ, ਉਸਦੇ ਦੁੱਖ ਨੂੰ ਸਮਝਦੇ, ਉਸ ਨੂੰ ਦਿਲਾਸਾ ਦਿੰਦੇ ਅਤੇ ਉਸਦਾ ਜੀ ਥੋੜ੍ਹਾ ਹਲਕਾ ਹੋ ਜਾਂਦਾ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਪ੍ਰਸਿੱਧ ਰੂਸੀ ਲੇਖਕ ਚੈਖਵ ਦੀ ਕਹਾਣੀ ਦੁੱਖ ਸਾਂਝੀ ਕਰ ਰਹੇ ਹਾਂ। ਅਤੇ ਕਹਾਣੀ ਦੁੱਖ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਸ਼ਾਮ ਢਲ ਰਹੀ ਸੀ ਅਤੇ ਹਰ ਤਰਫ ਹਨੇਰ ਵੱਧਦਾ ਜਾ ਰਿਹਾ ਸੀ। ਸੜਕਾਂ ਉੱਤੇ ਤੇਲ ਦੇ ਵੱਡੇ ਵੱਡੇ ਲੈਂਪ ਜਲ ਰਹੇ ਸੀ ਅਤੇ ਹਰ ਤਰਫ ਸ਼ਾਂਤੀ ਚੁੱਪ ਪਸਰੀ ਹੋਈ ਸੀ। ਸਿਰਫ ਲੈਂਪਾਂ ਦੇ ਇਰਦ ਗਿਰਦ ਭੰਬੱਕੜ ਡਿੱਗਦੇ ਵਿਖਾਈ ਦੇ ਰਹੇ ਸੀ। ਲੋਨਾ ਆਪਣੇ ਤਾਂਗੇ ਦੀ ਅਗਲੀ ਸੀਟ 'ਤੇ ਗਠੜੀ ਬਣਿਆ ਬਿਲਕੁਲ ਅਹਿਲ ਬੈਠਾ ਸੀ। ਬਰਫ਼ ਡਿੱਗ ਰਹੀ ਸੀ ਅਤੇ ਇਸ ਦੀ ਹਲਕੀ ਜਿਹੀ ਬਰੀਕ ਤੈਅ ਉਸ ਦੀ ਟੋਪੀ ਅਤੇ ਕੋਟ ਦੀਆਂ ਬਾਹਾਂ 'ਤੇ ਜੰਮਦੀ ਜਾ ਰਹੀ ਸੀ। ਲੋਨਾ ਆਪਣੇ ਆਪ ਵਿੱਚ ਗਵਾਚਾ, ਠੰਡ ਅਤੇ ਪੈਂਦੀ ਬਰਫ਼ ਤੋਂ ਲਾਪਰਵਾਹ ਸੀ। ਉਸਦੀ ਘੋੜੀ ਕਮਜ਼ੋਰ ਜਿਹੀ ਸੀ, ਇਹ ਵੀ ਹੁਣ ਪੂਰੀ ਤਰ੍ਹਾਂ ਚਿੱਟੀ ਦਿਸ ਰਹੀ ਸੀ। ਇਸ ਨੂੰ ਗੌਰ ਨਾਲ ਵੇਖਿਆ ਲੱਗਦਾ ਸੀ ਕਿ ਜਿਵੇਂ ਉਸਨੂੰ ਕੋਈ ਸਖ਼ਤ ਪਰੇਸ਼ਾਨੀ ਹੋਵੇ। ਉਹ ਡਰੀ ਡਰੀ ਜਿਹੀ ਸੋਚਾਂ ਵਿੱਚ ਡੁੱਬੀ ਰਹਿੰਦੀ ਅਤੇ ਇਸਦੇ ਚੱਲਣ ਦੇ ਅੰਦਾਜ਼ ਤੋਂ ਵੀ ਲੱਗਦਾ ਸੀ ਕਿ ਜਿਵੇਂ ਇਸ 'ਤੇ ਬੜਾ ਵੱਡਾ ਭਾਰੀ ਬੋਝ ਲੱਦਿਆ ਹੋਵੇ। ਉਹ ਬਹੁਤ ਆਹਿਸਤਾ ਆਹਿਸਤਾ ਚੱਲਦੀ ਸੀ। ਕਮਜ਼ੋਰੀ ਦੇ ਸਬੱਬ ਉਸਦੀਆਂ ਪਸਲੀਆਂ ਅਤੇ ਕਮਰ ਦੀਆਂ ਹੱਡੀਆਂ ਬਹੁਤ ਉੱਭਰੀਆਂ ਦਿਖਾਈ ਦਿੰਦੀਆਂ ਸੀ। ਉਸਦੀਆਂ ਟੰਗਾਂ ਬਿਲਕੁਲ ਲੱਕੜੀ ਦੀਆਂ ਲੱਗਦੀਆਂ ਸੀ। ਇਸ ਨੂੰ ਆਉਂਦੇ ਜਾਂਦੇ ਉੱਠਦੇ ਬੈਠਦੇ ਵੇਖ ਕੇ ਦਿਲ ਬੈਠ ਜਾਂਦਾ ਸੀ। ਕੋਈ ਵੀ ਸ਼ਖਸ ਉਸ ਲਈ ਦਿਲੀ ਹਮਦਰਦੀ ਮਹਿਸੂਸ ਕਰਦਾ
ਤੇ ਉਸ ਦੀ ਖਾਹਿਸ਼ ਹੁੰਦੀ ਕਿ ਉਹ ਘੋੜੀ ਨੂੰ ਪੁੱਛੇ ਕਿ ਤੇਰੇ ਦਿਲ ਵਿੱਚ ਕੀ ਗਮ ਲੁਕਿਆ ਹੋਇਆ ਹੈ। ਮਗਰ ਬੇਜ਼ੁਬਾਨ ਘੋੜੀ ਤਾਂ ਬੋਲ ਨਹੀਂ ਸੀ ਸਕਦੀ। ਲੂਨਾ ਦੁਪਹਿਰ ਤੋਂ ਕੁਝ ਦੇਰ ਪਹਿਲਾਂ ਆਪਣਾ ਟਾਂਗਾ ਜੋੜ ਕੇ ਆਪਣੇ ਅੱਡੇ ਤੋਂ ਨਿਕਲ ਆਇਆ ਸੀ। ਉਹ ਉਸ ਵੇਲੇ ਤੋਂ ਇਸ ਚੌਂਕ ਵਿੱਚ ਖੜ੍ਹਾ, ਮਗਰ ਉਸ ਨੂੰ ਸ਼ਾਮ ਤੱਕ ਕੋਈ ਸਵਾਰੀ ਨਹੀਂ ਸੀ ਮਿਲੀ। ਲੂਨਾ ਦੇ ਕੰਨਾਂ ਵਿੱਚ ਆਵਾਜ਼ ਪਈ, ਭਰਾ ਕੀ ਤੇਰਾ ਇਹ ਟਾਂਗਾ ਖਾਲੀ ਹੈ? ਤੂੰ ਮੇਰੇ ਟਿਕਾਣੇ ਤੱਕ ਚੱਲੇਗਾ? ਉਹ ਇੱਕ ਝਟਕੇ ਨਾਲ ਉੱਠ ਬੈਠਾ। ਉਸ ਨੂੰ ਹਲਕੀ ਜਿਹੀ ਊਂਗ ਆਈ ਸੀ। ਉਸਨੇ ਆਪਣਾ ਸਿਰ ਚੁੱਕਿਆ, ਵੇਖਿਆ ਇੱਕ ਸ਼ਖਸ ਫੌਜੀ ਕੋਟ ਪਹਿਨੀ ਖੜ੍ਹਾ ਸੀ। ਉਹ ਕੋਈ ਫੌਜੀ ਅਫਸਰ ਲੱਗਦਾ ਸੀ। ਚੱਲੇਗਾ ਮੇਰੇ ਨਾਲ? ਫੌਜੀ ਅਫਸਰ ਨੇ ਦੁਬਾਰਾ ਲੂਨਾ ਨੂੰ ਪੁੱਛਿਆ ਅਤੇ ਲੂਨਾ ਨੇ ਜਲਦੀ ਨਾਲ ਘੋੜੀ ਦੀਆਂ ਵਾਗਾਂ ਨੂੰ ਸਿੱਧਾ ਕੀਤਾ। ਬਰਫ਼ ਦੇ ਛੋਟੇ ਛੋਟੇ ਟੁਕੜੇ ਵਾਂਗਾਂ ਤੋਂ ਝੜ ਕੇ ਜ਼ਮੀਨ 'ਤੇ ਜਾ ਡਿੱਗੇ। ਅਫਸਰ ਟਾਂਗੇ ਵਿੱਚ ਬੈਠ ਗਿਆ। ਲੂਨਾ ਨੇ ਘੋੜੀ ਨੂੰ ਹੱਕਿਆ। ਘੋੜੀ ਸਰਦੀ ਦੇ ਮਾਰੇ ਗਰਦਨ ਚੁਕਾਈ ਢਿੱਲੀ ਖੜ੍ਹੀ ਸੀ। ਉਸਨੇ ਆਪਣੀ ਗਰਦਨ ਸਿੱਧੀ ਕੀਤੀ ਅਤੇ ਆਹਿਸਤਾ ਆਹਿਸਤਾ ਚੱਲਣ ਲੱਗੀ। ਥੋੜ੍ਹੀ ਦੇਰ ਬਾਅਦ ਦੁੜਕੀ ਚਾਲ ਚੱਲਣ ਲੱਗੀ। ਸ਼ਾਇਦ ਸਰਦੀ ਦੂਰ ਕਰਨ ਦਾ ਇਹੀ ਤਰੀਕਾ ਸੀ। ਕਿ ਇੱਕ ਫੌਜੀ ਅਫਸਰ ਨੂੰ ਆਪਣੇ ਟਾਂਗੇ 'ਤੇ ਬਿਠਾ ਕੇ ਲੂਨਾ ਉਹਦੇ ਟਿਕਾਣੇ ਵੱਲ ਆਪਣਾ ਟਾਂਗਾ ਲੈ ਤੁਰਿਆ। ਉਹ ਇੱਕ ਸੜਕ ਉੱਤੇ ਆ ਗਏ ਜਿੱਥੇ ਰੌਸ਼ਨੀ ਲਈ ਲੈਂਪ ਨਹੀਂ ਸੀ। ਹਰ ਤਰਫ ਘੁੱਪ ਹਨੇਰਾ ਸੀ। ਲੂਨਾ ਨੂੰ ਸਮਝ ਨਹੀਂ ਆ ਰਹੀ ਸੀ ਕਿ ਟਾਂਗਾ ਕਿਵੇਂ ਸੜਕ ਉੱਤੇ ਰੱਖੇ। ਇੰਨੇ ਵਿੱਚ ਟਾਂਗਾ ਗੈਰ ਮਾਮੂਲੀ ਤੌਰ ਉੱਤੇ ਹਿੱਲਣ ਲੱਗਾ। ਹਨੇਰ ਵਿੱਚ ਆ ਜਾ ਰਹੀ ਭੀੜ ਵਿੱਚ ਉਸ ਨੂੰ ਸੁਣਾਈ ਦਿੱਤਾ ਕੋਈ ਗੁੱਸੇ ਵਿੱਚ ਬੋਲ ਰਿਹਾ ਸੀ, ਓਏ ਕੀ ਕਰ ਰਿਹਾ ਹੈ? ਜਾਨਵਰ ਕਿੱਥੋਂ ਦਾ? ਟਾਂਗੇ ਨੂੰ ਕਿੱਥੇ ਲਈ ਜਾ ਰਿਹਾ? ਮੂਰਖਾ, ਉਤਾਰ ਰੱਖ ਇਹਨੂੰ। ਇੱਕ ਜ਼ੋਰ ਦਾ ਝਟਕਾ ਲੱਗਾ। ਲੂਨਾ ਨੇ ਫੌਰਨ ਵਾਗਾਂ ਖਿੱਚ ਦਿੱਤੀਆਂ। ਘੋੜੀ ਰੁਕ ਗਈ। ਉਹ ਟਾਂਗੇ ਤੋਂ ਹੇਠਾਂ ਉਤਰਿਆ ਸੀ ਕਿ ਅਫਸਰ ਨੇ ਚੀਕਦੇ ਹੋਏ ਕਿਹਾ, ਉਹ ਤੈਨੂੰ ਟਾਂਗਾ ਚਲਾਉਣਾ ਨਹੀਂ ਆਉਂਦਾ? ਕੀ ਤੂੰ ਕੋਈ ਨਸ਼ਾ ਕੀਤਾ ਹੈ? ਨਸ਼ਾ ਕਰਦਾ ਹੈ? ਲਓ ਜੀ, ਲੂਨਾ ਚੁੱਪ ਚਾਪ ਟਾਂਗੇ ਤੋਂ ਉਤਰਿਆ ਅਤੇ ਘੋੜੀ ਦੇ ਮੂੰਹ ਦੇ ਕਰੀਬ ਤੋਂ ਵਾਗਾਂ ਨੂੰ ਫੜ ਕੇ ਉਸਨੂੰ ਸੜਕ ਉੱਤੇ ਲਿਆਉਣ ਲੱਗਾ। ਟਾਂਗਾ ਸੜਕ ਤੋਂ ਉਤਰ ਕੇ ਖੱਡਿਆਂ ਵਿੱਚ ਚਲਾ ਗਿਆ ਸੀ। ਅਫਸਰ ਬੋਲੀ ਜਾ ਰਿਹਾ ਸੀ। ਇੱਕ ਹੋਰ ਟਾਂਗੇ ਵਾਲਾ ਉਸਨੂੰ ਗਾਲ ਕੱਢ ਜਾਂਦਾ ਹੈ। ਸੜਕ ਪਾਰ ਕਰਨ ਵਾਲਾ ਇੱਕ ਪੈਦਲ ਯਾਤਰੀ ਘੋੜੇ ਦੇ ਨੱਕ ਨੂੰ ਆਪਣੇ ਮੋਢੇ ਨਾਲ ਹੁੱਜ ਮਾਰਦੇ ਹੋਏ ਉਸਨੂੰ ਗੁੱਸੇ ਨਾਲ ਵਹਿੰਦਾ ਹੈ ਅਤੇ ਆਪਣੀ ਬਾਂਹ ਤੋਂ ਬਰਫ਼ ਝਾੜਦਾ ਹੈ। ਲੂਨਾ ਬਕਸੇ 'ਤੇ ਬੈਠਾ ਇਵੇਂ ਹਿਲਦਾ ਹੈ ਜਿਵੇਂ ਕਿ ਉਹ ਕੰਢਿਆਂ 'ਤੇ ਬੈਠ ਗਿਆ ਹੋਵੇ। ਉਹ ਆਪਣੀਆਂ ਕੂਣੀਆਂ ਨੂੰ ਝਟਕਾ ਦਿੰਦਾ ਹੈ ਅਤੇ ਉਸ ਦੀਆਂ ਅੱਖਾਂ ਇਸ ਤਰ੍ਹਾਂ ਘੁੰਮਦੀਆਂ ਨੇ ਜਿਵੇਂ ਉਸ ਵਿੱਚ ਕੋਈ ਸ਼ੈ ਆ ਗਈ ਹੋਵੇ ਅਤੇ ਇਹ ਨਾ ਜਾਣਦਾ ਹੋਵੇ ਕਿ ਉਹ ਕਿੱਥੇ ਸੀ ਅਤੇ ਕਿਉਂ ਸੀ। ਇਹ ਲੋਕ ਸਭ ਦੇ ਸਭ ਬਦਮਾਸ਼ ਨੇ, ਫੌਜੀ ਅਫਸਰ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦਾ ਹੈ। ਉਹ ਬਸ ਤੁਹਾਡੇ ਵਿੱਚ ਵੱਜਣ ਨੂੰ ਜਾਂ ਘੋੜੇ ਦੇ ਸੁੰਮਾ ਹੇਠ ਆਉਣ ਨੂੰ ਫਿਰਦੇ ਨੇ। ਇਹ ਜਾਣ ਬੁੱਝ ਕੇ ਸ਼ਰਾਰਤ ਕਰਦੇ ਨੇ। ਲਓ ਜੀ, ਲੂਨਾ ਨੇ ਆਪਣੀ ਘੋੜੀ ਵੱਲ ਵੇਖਿਆ। ਉਹ ਕੁਝ ਕਹਿਣਾ ਚਾਹੁੰਦਾ ਸੀ ਮਗਰ ਫੌਜੀ ਅਫਸਰ ਉਸਨੂੰ ਬੋਲਣ ਦਾ ਮੌਕਾ ਨਹੀਂ ਸੀ ਦੇ ਰਿਹਾ। ਲੂਨਾ ਫਿਰ ਵਾਪਸ ਟਾਂਗੇ ਉੱਤੇ ਆ ਬੈਠਾ ਅਤੇ ਟਾਂਗਾ ਫਿਰ ਆਪਣੀ ਆਹਿਸਤਾ ਆਹਿਸਤਾ ਚਾਲ ਚੱਲਣ ਲੱਗਾ। ਲੂਨਾ ਕੁਝ ਕਹਿਣਾ ਚਾਹੁੰਦਾ ਸੀ। ਉਹਦੇ ਟਾਂਗੇ 'ਤੇ ਬੈਠੇ ਫੌਜੀ ਅਫਸਰ ਨੇ ਮਹਿਸੂਸ ਕੀਤਾ ਕਿ ਟਾਂਗੇ ਵਾਲਾ ਲੂਨਾ ਕੁਝ ਕਹਿਣਾ ਚਾਹੁੰਦਾ ਹੈ ਪਰ ਉਸਦੇ ਮੂੰਹ ਵਿੱਚੋਂ ਫੂਕ ਜਿਹੀ ਦੇ ਇਲਾਵਾ ਕੁਝ ਨਹੀਂ ਨਿਕਲ ਰਿਹਾ ਸੀ। ਕੀ ਕਿਹਾ? ਅਫਸਰ ਨੇ ਇਸ ਕਦਰ ਹਰਾਕਤ ਅਤੇ ਬਦਤਮੀਜ਼ੀ ਨਾਲ ਇਹ ਕਿਹਾ ਕਿ ਲੂਨਾ ਇੰਨਾ ਅਜੀਬ ਤਰ੍ਹਾਂ ਨਾਲ ਹੱਸਿਆ ਅਤੇ ਬੋਲਿਆ, ਜਨਾਬ, ਮੇਰਾ ਪੁੱਤਰ, ਇਕਲੌਤਾ ਪੁੱਤਰ, ਇਸ ਹਫ਼ਤੇ ਉਹਦੀ ਮੌਤ ਹੋ ਗਈ ਸੀ। ਅੱਛਾ, ਕਿਵੇਂ ਮੌਤ ਹੋ ਗਈ ਉਹਦੀ? ਲੂਨਾ ਨੇ ਆਪਣਾ ਥੁੱਕ ਨਿਕਲਿਆ ਅਤੇ ਪਿੱਛੇ ਬੈਠੇ ਅਫਸਰ ਦੀ ਤਰਫ ਥੋੜ੍ਹਾ ਜਿਹਾ ਤਿਰਛਾ ਮੂੰਹ ਕਰਕੇ ਕਿਹਾ, ਪਤਾ ਨਹੀਂ ਉਸਨੂੰ ਕੀ ਹੋਇਆ ਸੀ। ਉਸਦੀ ਤਬੀਅਤ ਖਰਾਬ ਹੋਈ ਅਤੇ ਮੈਂ ਉਸਨੂੰ ਹਸਪਤਾਲ ਲੈ ਗਿਆ। ਉੱਥੇ ਕੋਈ 3 ਕੁ ਦਿਨ ਰਿਹਾ ਅਤੇ ਫਿਰ ਉਸਦੀ ਮੌਤ ਹੋ ਗਈ। ਰੱਬ ਦੀ ਮਰਜ਼ੀ, ਕੌਣ ਆਖੇ ਸਾਹਿਬ ਨੂੰ? ਉਸਨੇ ਇੰਨਾ ਹੀ ਕਿਹਾ ਸੀ ਕਿ ਹਨੇਰੇ ਵਿੱਚ ਆਵਾਜ਼ ਆਈ, ਓਏ ਬੇਵਕੂਫ ਆਦਮੀ, ਉਹ ਸਾਹਮਣੇ ਵੇਖ, ਟਾਂਗਾ ਵੇਖ, ਆਪਣਾ ਤੇਰਾ ਕਿੱਧਰ ਜਾ ਰਿਹਾ ਹੈ। ਅਤੇ ਨਾਲੋ ਨਾਲੋ ਫੌਜੀ ਅਫਸਰ ਵੀ ਕਹਿਣ ਲੱਗਾ, ਓਏ ਤੇਜ਼ ਚੱਲ, ਤੇਜ਼, ਇਸ ਤਰ੍ਹਾਂ ਤਾਂ ਅਸੀਂ ਕੱਲ੍ਹ ਤੱਕ ਨਹੀਂ ਪਹੁੰਚ ਸਕਾਂਗੇ। ਉਸ ਲੂਨਾ ਨੇ ਫੌਰਨ ਆਪਣੀ ਗਰਦਨ ਸਿੱਧੀ ਕੀਤੀ।
ਉਹ ਤਾਂਗੇ ਵਿੱਚ ਖੜਾ ਹੋ ਗਿਆ ਤੇ ਚਾਬੁਕ ਹਵਾ ਵਿੱਚ ਲਹਿਰਾਈ। ਘੋੜੀ ਤੇਜ਼ ਰਫ਼ਤਾਰ ਦੌੜਨ ਲੱਗੀ। ਲੂਨਾ ਨੇ ਆਪਣਾ ਡੂੰਘਾ ਦੁੱਖ ਸਾਂਝਾ ਕਰਨ ਲਈ ਕਈ ਦਫ਼ਾ ਅਫਸਰ ਦੀ ਤਰਫ ਵੇਖਿਆ, ਲੇਕਿਨ ਉਸ ਅਫਸਰ ਨੇ ਹੁਣ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ। ਸਾਫ਼ ਲੱਗ ਰਿਹਾ ਸੀ ਕਿ ਉਹ ਇਸ ਸਮੇਂ ਕੁਝ ਵੀ ਸੁਣਨਾ ਨਹੀਂ ਸੀ ਚਾਹੁੰਦਾ। ਲੂਨਾ ਨੇ ਅਫਸਰ ਨੂੰ ਉਹਦੇ ਅੱਡੇ 'ਤੇ ਉਤਾਰਿਆ, ਟਾਂਗਾ ਇੱਕ ਢਾਬੇ ਕੋਲ ਖੜ੍ਹਾ ਕੀਤਾ ਅਤੇ ਫਿਰ ਟਾਂਗੇ ਉੱਤੇ ਕੁੰਗੜ ਕੇ ਬੈਠ ਗਿਆ। ਅਤੇ ਤਕਰੀਬਨ 2 ਘੰਟੇ ਦੇ ਬਾਅਦ ਟਾਂਗੇ ਦੇ ਕੋਲ ਉਦੋਂ ਫੁੱਟਪਾਥ ਉੱਤੇ ਰਬੜ ਦੀਆਂ ਜੁੱਤੀਆਂ ਦੀ ਚੀਚੀ ਦੀ ਆਵਾਜ਼ ਆਈ। 3 ਮੁੰਡੇ ਆਪੋ ਵਿੱਚ ਝਗੜਦੇ ਹੋਏ ਉੱਥੇ ਆਉਂਦੇ ਨੇ। ਉਹਨਾਂ ਵਿੱਚੋਂ 2 ਲੰਬੇ ਅਤੇ ਦੁਬਲੇ ਪਤਲੇ ਨੇ, ਜਦੋਂ ਕਿ ਤੀਜਾ ਥੋੜ੍ਹਾ ਕੁੱਬਾ ਅਤੇ ਮਧਰੇ ਕੱਦਦਾ ਹੈ। ਉਹ ਟਾਂਗੇ ਵਾਲੇ, ਕੀ ਉਹ ਪੁਲਿਸ ਵਾਲੇ ਬ੍ਰਿਜ ਤੱਕ ਚੱਲੇਗਾ? ਕੁੱਬਾ ਮੁੰਡਾ ਭਰੜਾਈ ਆਵਾਜ਼ ਵਿੱਚ ਪੁੱਛਦਾ ਹੈ। ਅਸੀਂ ਤੈਨੂੰ 20 ਕੋਪੈਕ ਦੇਵਾਂਗੇ। ਪੈਸੇ ਖਾਸੇ ਘੱਟ ਸਨ, ਮਗਰ ਲੂਨਾ ਨੇ ਸੋਚਿਆ ਚਲੋ ਚੱਲੋ, ਸਵਾਰੀ ਤਾਂ ਮਿਲੀ, ਕੋਈ ਗੱਲ ਨਹੀਂ। ਉਹਨੇ ਸਿਰ ਹਿਲਾਇਆ। ਉਹ ਤਿੰਨੇ ਨੌਜਵਾਨ ਇੱਕ ਦੂਜੇ ਨੂੰ ਧੱਕੇ ਮਾਰਦੇ ਟਾਂਗੇ 'ਤੇ ਚੜ੍ਹ ਕੇ ਸੀਟ ਬਣਨ ਲੱਗ ਪਏ। ਸਵਾਲ ਖੜ੍ਹਾ ਹੋ ਗਿਆ, ਕੌਣ ਕੌਣ ਬੈਠੇਗਾ ਅਤੇ ਕਿਹੜਾ ਕਿਹੜਾ ਜਾਣਾ ਜਿਹੜਾ ਹੈ ਉਹ ਖੜ੍ਹਾ ਰਹੇਗਾ। ਲੰਬੇ ਝਗੜੇ, ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਨ ਤੋਂ ਬਾਅਦ ਉਹ ਤਿੰਨੇ ਨੌਜਵਾਨ ਫੈਸਲਾ ਕਰਦੇ ਨੇ ਕਿ ਕੁੱਬੇ ਨੂੰ ਖੜ੍ਹੇ ਹੋਣਾ ਚਾਹੀਦਾ ਹੈ, ਕਿਉਂਕਿ ਉਹ ਸਭ ਤੋਂ ਛੋਟਾ ਹੈ। ਇਸ ਵਕਫੇ ਤੋਂ ਪਹਿਲਾਂ ਅਸੀਂ ਦੱਸ ਰਹੇ ਸੀ ਕਿ ਲੂਨਾ ਦੇ ਟਾਂਗੇ 'ਤੇ 3 ਨੌਜਵਾਨ ਸਵਾਰ ਹੋ ਗਏ। ਉਹਨਾਂ ਵਿੱਚ ਉਹਦੇ ਪਿੱਛੇ ਖੜੋਤੇ ਕੁੱਬੇ ਮੁੰਡੇ ਨੇ ਕਿਹਾ, ਉਹ ਚੱਲ ਵੀ ਟਾਂਗੇ ਵਾਲਿਆ, ਚੱਲ ਹੁਣ। ਅਤੇ ਉਸ ਮੁੰਡੇ ਦਾ ਸਾਥ ਲੂਨਾ ਦੀ ਧੌਣ 'ਤੇ ਲੱਗ ਰਿਹਾ ਸੀ। ਉਹਨੇ ਆਪਣੀ ਘੋੜੀ ਦੀਆਂ ਵਾਗਾਂ ਢਿੱਲੀਆਂ ਛੱਡੀਆਂ ਅਤੇ ਘੋੜੀ ਤੁਰ ਪਈ। ਉਹ ਯਾਰ ਕੋਚਵਾਨ, ਤੂੰ ਇਹ ਟੋਪੀ ਕਿੱਥੋਂ ਮੰਗਵਾਈ ਹੈ? ਉਹ ਇਹੋ ਜਿਹੀ ਭੈੜੀ ਟੋਪੀ ਤਾਂ ਮੈਂ ਸਾਰੇ ਸ਼ਹਿਰ ਵਿੱਚ ਕਦੀ ਨਹੀਂ ਵੇਖੀ। ਇੱਕ ਮੁੰਡੇ ਦੀ ਗੱਲ 'ਤੇ ਬਾਕੀ ਸਾਰੇ ਮੁੰਡੇ ਕਹਿ ਕਹਿ ਲਗਾਉਣ ਲੱਗ ਪਏ ਅਤੇ ਉਸਦੀ ਟੋਪੀ ਨੂੰ ਵੇਖਣ ਲੱਗ ਪਏ। ਲਓ ਜੀ, ਲੂਨਾ ਵੀ ਵਿਚਾਰਾ ਵਿਚਾਰਕੀ ਦਾ ਹਾਸਾ ਹੱਸ ਪਿਆ ਅਤੇ ਉਹਨੇ ਕਿਹਾ, ਸਾਹਿਬ ਬਸ ਗੁਜ਼ਾਰਾ ਹੀ ਕਰਨਾ ਹੈ, ਮਹਿੰਗੀ ਟੋਪੀ ਜਿਹੜੀ ਮੈਂ ਕਿੱਥੋਂ ਲਵਾਂ? ਚੱਲ ਚੱਲ, ਬਹੁਤੀਆਂ ਗੱਲਾਂ ਨਾ ਕਰ, ਜਲਦੀ ਕਰ, ਕਿ ਸਾਰੇ ਰਸਤੇ ਤੂੰ ਇਸੇ ਤਰ੍ਹਾਂ ਢੀਚਕ ਚੱਲ ਚੱਲਦਾ ਚੱਲੇਗਾ, ਕਿਉਂ ਨਾ ਤੇਰੀ ਧੌਣ 'ਤੇ ਇੱਕ ਜੜ ਦਿੱਤੀ ਜਾਵੇ। ਇੱਕ ਮੁੰਡੇ ਨੇ ਇਹ ਗੱਲ ਕੀਤੀ, ਦੂਜਾ ਕਹਿੰਦਾ, ਦਰਦ ਦੇ ਮਾਰੇ ਮੇਰਾ ਤਾਂ ਸਿਰ ਫਟਿਆ ਜਾ ਰਿਹਾ ਹੈ। ਕੱਲ੍ਹ ਰਾਤ ਮੈਂ ਵੋਡਕਾ ਦੀਆਂ ਪੂਰੀਆਂ 4 ਬੋਤਲਾਂ ਚੜ੍ਹਾ ਲਈਆਂ। ਇੱਕ ਹੋਰ ਕਹਿੰਦਾ, ਮੈਨੂੰ ਸਮਝ ਨਹੀਂ ਆਉਂਦਾ ਕਿ ਅਖੀਰ ਤੂੰ ਇੰਨਾ ਝੂਠ ਕਿਉਂ ਬੋਲਦਾ ਹੈ, ਉਲੂਦਾ ਪੱਠਾ। ਦੂਜਾ ਮੁੰਡਾ ਗੁੱਸੇ ਵਿੱਚ ਬੋਲਿਆ, ਓਏ ਰੱਬ ਦੀ ਸਹੁੰ, ਮੈਂ ਸੱਚ ਕਹਿ ਰਿਹਾ ਹਾਂ। ਹਾਂ ਹਾਂ, ਕਿਉਂ ਨਹੀਂ, ਤੇਰੀ ਗੱਲ ਵਿੱਚ ਓਨੀ ਹੀ ਸੱਚਾਈ ਹੈ ਜਿੰਨੀ ਕਿ ਜੂ ਨੂੰ ਖੰਘ ਆਉਂਦੀ ਹੈ। ਸੋ ਉਹਨਾਂ ਦੀ ਗੱਲਾਂ ਸੁਣ ਕੇ ਲੂਨਾ ਹੱਸ ਪਿਆ। ਓਏ ਢੱਠੇ, ਖੂਹ ਵਿੱਚ ਜਾਏ ਤੂੰ, ਕੁੱਬਾ ਬੁੜਕ ਪਿਆ। ਔਰ ਤੂੰ ਸਾਨੂੰ ਕਦੋਂ ਪਹੁੰਚਾਏਗਾ? ਤੇਜ਼ ਕਰ ਟਾਂਗਾ ਆਪਣਾ, ਤੇਜ਼ ਕਰ। ਟਾਂਗਾ ਹੱਕਣ ਦਾ ਇਹ ਕਿਹੜਾ ਤਰੀਕਾ ਹੋਇਆ ਤੇਰਾ? ਕਦੇ ਚਾਬਕ ਦਾ ਇਸਤੇਮਾਲ ਵੀ ਕਰ ਲਿਆ ਕਰ ਘੋੜੀ 'ਤੇ, ਜ਼ਰਾ ਜ਼ੋਰ ਦੇ ਨਾਲ ਚਾਬਕ ਚਲਾ, ਘੋੜੀ ਨੂੰ ਤੇਜ਼ ਭਜਾਵੀ ਆ। ਤੂੰ ਆਦਮੀ ਹੈ ਜਾਂ ਆਦਮੀ ਦੀ ਪੂਛ? ਲਓ ਜੀ, ਟਾਂਗੇ ਵਾਲਾ ਲੂਨਾ ਆਪਣੇ ਪਿੱਛੇ ਖੜੋਤੇ ਕੁੱਬੇ ਨੂੰ ਉਹਦੀ ਕੰਬਦੀ ਆਵਾਜ਼ ਸੁਣਦਾ ਹੈ। ਉਹ ਖੁਦ ਨੂੰ ਸੰਬੋਧਿਤ ਕੀਤੇ ਗਏ ਅਪਮਾਨ ਭਰੇ ਸ਼ਬਦ ਸੁਣਦਾ ਹੈ। ਉਹ ਉਹਨਾਂ ਲੋਕਾਂ ਨੂੰ ਵੇਖਦਾ ਹੈ ਅਤੇ ਕੱਲ੍ਹ ਦੀ ਭਾਵਨਾ ਉਸਦੇ ਦਿਲ ਨੂੰ ਜਿਹੜੀ ਹੈ ਉਹ ਸੱਟ ਮਾਰਦੀ ਹੈ। ਕੁੱਬਾ ਲੂਨਾ ਨੂੰ ਫਿਰ ਗਾਲਾਂ ਕੱਢਣ ਲੱਗ ਪੈਂਦਾ ਹੈ। ਗੰਦੇ ਗੰਦੇ ਵਿਸ਼ੇਸ਼ਣ ਵਰਤਦੇ ਹੋਏ ਉਸ ਨੂੰ ਖੰਘ ਛਿੜ ਪੈਂਦੀ ਹੈ। ਲੰਬੇ ਮੁੰਡਿਆਂ ਨੇ ਕਿਸੇ ਕੁੜੀ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਲੂਨਾ ਪਿੱਛੇ ਮੁੜ ਕੇ ਉਹਨਾਂ 'ਤੇ ਝਾਤ ਮਾਰਦਾ ਹੈ, ਇੱਕ ਸੰਖੇਪ ਜਿਹੀ ਚੁੱਪ ਹੋਣ ਤੱਕ ਇੰਤਜ਼ਾਰ ਕਰਦਾ ਹੈ। ਉਹ ਇੱਕ ਵਾਰ ਫਿਰ ਵੇਖਦਾ ਹੈ ਉਹਨਾਂ ਮੁੰਡਿਆਂ ਵੱਲ ਅਤੇ ਕਹਿੰਦਾ ਹੈ, ਤੁਹਾਨੂੰ ਪਤਾ ਹੈ ਕਿ ਆਹ ਪਿਛਲੇ ਹਫ਼ਤੇ ਮੇਰਾ ਪੁੱਤਰ ਮਰ ਗਿਆ। ਅਸੀਂ ਸਾਰਿਆਂ ਨੇ ਹੀ ਇੱਕ ਦਿਨ ਮਰ ਜਾਣਾ ਹੈ। ਕੁੱਬੇ ਨੇ ਉਹਦੀ ਗੱਲ ਦੀ ਗੰਭੀਰਤਾ ਤੋਂ ਟਾਲਾ ਵੱਟਦਿਆਂ ਠੰਡਾ ਸਾਹ ਲਿਆ ਅਤੇ ਖੰਘ ਦੇ ਇੱਕ ਦੌਰੇ ਤੋਂ ਬਾਅਦ ਆਪਣੇ ਬੁੱਲ ਪੂੰਝੇ। ਨਾਜ਼ਰੀਨ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਵੇਂ ਇੱਕ ਟਾਂਗੇ ਦੇ ਕੋਚਵਾਨ ਲੂਨਾ ਦਾ ਪੁੱਤਰ ਕੁਝ ਦਿਨ ਹੋਏ ਮਰ ਗਿਆ ਹੈ ਅਤੇ ਉਹ ਟਾਂਗੇ ਵਾਲਾ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਕੇ ਆਪਣੇ ਮਨ ਦਾ ਭਾਰ ਹਲਕਾ ਕਰਨਾ ਚਾਹੁੰਦਾ, ਉਸ ਨੂੰ ਘਟਾਉਣਾ ਚਾਹੁੰਦਾ, ਪਰ ਕੋਈ ਵੀ ਉਹਦਾ ਦੁੱਖ ਸੁਣਨਾ ਹੀ ਨਹੀਂ ਚਾਹ ਰਿਹਾ। ਪਹਿਲਾਂ ਇੱਕ ਫੌਜੀ ਅਫਸਰ ਨੇ ਉਹਦਾ ਦੁੱਖ ਨਹੀਂ ਸੀ ਸੁਣਿਆ ਅਤੇ ਹੁਣ ਆਹ ਮੁੰਡਿਆਂ ਨੇ ਇਹ ਆਖ ਕੇ, ਓਏ ਭਾਈ, ਅਸੀਂ ਤਾਂ ਸਾਰਿਆਂ ਨੇ ਇੱਕ ਦਿਨ ਮਰ ਜਾਣਾ ਹੈ, ਇੱਕ ਤਰੀਕੇ ਨਾਲ ਉਸ ਟਾਂਗੇ ਵਾਲੇ ਦੇ ਦੁੱਖ ਦਾ ਮਜ਼ਾਕ ਉਡਾਇਆ। ਅਤੇ ਕਿਸੇ ਨੌਜਵਾਨ ਨੇ ਕਿਹਾ ਕਿ ਜ਼ਰਾ ਜਲਦੀ ਹੱਕ ਕੇ ਇਸ ਮਾਂ ਨੂੰ, ਟਾਂਗੇ ਨੂੰ, ਤੇਜ਼ ਤੁਰ, ਹੋਰ ਤੇਜ਼ ਤੁਰ। ਇੱਕ ਮੁੰਡਾ ਕਹਿੰਦਾ ਕਿ ਮੈਨੂੰ ਇਹ ਟਾਂਗੇ ਦਾ ਰਿੰਗਣਾ ਚੰਗਾ ਨਹੀਂ ਲੱਗਦਾ।
ਅਖੀਰ ਇਸ ਤਰ੍ਹਾਂ ਇਹ ਸਾਨੂੰ ਕਦੋਂ ਪਹੁੰਚਾਏਗਾ? ਫਿਰ ਲੰਬੇ ਕੱਦ ਵਾਲੇ ਨੌਜਵਾਨ ਨੇ ਕਿਹਾ, ਯਾਰ ਅਸੀਂ ਇਹਦੇ ਟਾਂਗੇ ਵਿੱਚ ਬਹਿ ਕੇ ਇਸ ਮੁਸੀਬਤ 'ਚ ਫਸ ਗਏ ਹਾਂ, ਉਹ ਇਸ ਨਾਲੋਂ ਤਾਂ ਬਿਹਤਰ ਸੀ ਕਿ ਅਸੀਂ ਤੁਰ ਕੇ ਹੀ ਚੱਲ ਪੈਂਦੇ। ਤੁਸੀਂ ਲੋਕ ਖਾਮ ਖਾ ਆਪਣਾ ਸਿਰ ਖਪਾ ਰਹੇ ਹੋ, ਇਸ ਕੋਚਵਾਨ 'ਤੇ ਤਾਂ ਕੁਝ ਅਸਰ ਹੀ ਨਹੀਂ ਹੋ ਰਿਹਾ, ਮਧਰੇ ਨੌਜਵਾਨ ਨੇ ਕਿਹਾ ਅਤੇ ਪਿਛਲੀ ਸੀਟ ਤੋਂ ਇੱਕ ਹੁੱਜ ਲੂਣਾ ਦੀ ਕਮਰ ਦੇ ਉੱਤੇ ਮਾਰੀ। ਲੂਣਾ ਵਿਚਾਰਾ ਖਸਿਆਣੀ ਜਿਹੀ ਹਾਸੀ ਹੱਸਣ ਲੱਗਾ, ਹੇ ਹੇ ਹੇ, ਤੁਸੀਂ ਚੰਗੇ ਹੱਸਮੁੱਖ ਨੌਜਵਾਨ ਹੋ, ਚੰਗਾ ਮਜ਼ਾਕ ਕਰ ਲੈਂਦੇ ਹੋ, ਰੱਬ ਤੁਹਾਨੂੰ ਸਦਾ ਖੁਸ਼ ਰੱਖੇ। ਅਤੇ ਅਗਲੀ ਸੀਟ ਉੱਤੇ ਬੈਠੇ ਲੰਬੇ ਨੌਜਵਾਨਾਂ ਵਿੱਚੋਂ ਇੱਕ ਨੇ ਕਿਹਾ, ਓਏ ਕੋਚਵਾਨ, ਕੀ ਤੇਰਾ ਵਿਆਹ ਹੋ ਗਿਆ ਹੈ? ਸਾਹਿਬ, ਵਿਆਹ ਦੀ ਕੀ ਗੱਲ ਕਰਦੇ ਹੋ, ਮੈਂ ਤਾਂ ਹੁਣੇ ਤਾਂ ਦੱਸਿਆ ਮੇਰਾ ਇੱਕ ਪੁੱਤਰ ਵੀ ਹੋਇਆ, ਉਹ ਚੰਗਾ ਭਲਾ ਸੀ ਅਤੇ ਪਿਛਲੇ ਹਫ਼ਤੇ ਉਹ ਮਰ ਗਿਆ ਹੈ, ਮੌਤ ਆਈ ਅਤੇ ਉਸ ਮਾਸੂਮ ਵਿਚਾਰੇ ਨੂੰ ਨਾਲ ਲੈ ਗਈ, ਇਸ ਦੀ ਬਜਾਏ ਮੈਨੂੰ ਲੈ ਜਾਂਦੀ ਤਾਂ ਚੰਗਾ ਸੀ। ਲੂਣਾ ਨੇ ਫਿਰ ਆਪਣੇ ਬੇਟੇ ਦੀ ਮੌਤ ਬਾਰੇ ਗੱਲ ਸ਼ੁਰੂ ਕੀਤੀ, ਪਰ ਉਹਦੀ ਗੱਲ ਵੱਲ ਕੰਨ ਕੀਤੇ ਬਿਨਾਂ ਇਸੇ ਵਕਤ ਪਿਛਲੀ ਸੀਟ 'ਤੇ ਬੈਠੇ ਕੁੱਬੇ ਮੁੰਡੇ ਨੇ ਸੁੱਖ ਦਾ ਸਾਹ ਲਿਆ ਅਤੇ ਕਿਹਾ, ਲਓ ਜੀ, ਰੱਬ ਦਾ ਸ਼ੁਕਰ ਹੈ, ਆਖਰ ਆਪਣੇ ਟਿਕਾਣੇ 'ਤੇ ਪਹੁੰਚ ਹੀ ਗਏ। ਇਹਨਾਂ ਮੁੰਡਿਆਂ ਨੇ ਲੂਣਾ ਨੂੰ 20 ਕੋਪੈਕ ਦਿੱਤੇ ਅਤੇ ਸੜਕ ਦੇ ਕੰਢੇ ਇੱਕ ਹਨੇਰੀ ਸੜਕ ਦੇ ਵਿੱਚ ਓਝਲ ਹੋ ਗਏ। ਲੂਣਾ ਵਿਚਾਰਾ ਫਿਰ ਇਕੱਲੇ ਦਾ ਇਕੱਲਾ। ਉਸਨੇ ਆਪਣੇ ਬੇਟੇ ਦੀ ਮੌਤ ਦੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਅਤੇ ਉਸਦਾ ਦਿਲ ਵੀ ਥੋੜ੍ਹਾ ਜਿਹਾ ਹਲਕਾ ਹੋਇਆ ਸੀ, ਮਗਰ ਉਹ ਹੋਰ ਵੀ ਗੱਲਾਂ ਕਰਨਾ ਚਾਹੁੰਦਾ ਸੀ। ਉਸਦਾ ਦਿਲ ਫਿਰ ਹੋਰ ਵੀ ਭਾਰੀ ਬੋਝ ਦੇ ਥੱਲੇ ਦੱਬਣ ਲੱਗਾ। ਉਸਦੇ ਇਰਦ ਗਿਰਦ ਕਈ ਲੋਕ ਆ ਜਾ ਰਹੇ ਸੀ। ਲੂਣਾ ਨੇ ਆਲੇ ਦੁਆਲੇ ਲੋਕਾਂ ਦੀ ਭੀੜ 'ਤੇ ਇੱਕ ਪੀੜ ਭਰੀ ਨਜ਼ਰ ਸੁੱਟੀ। ਇਸ ਵਕਫੇ ਤੋਂ ਪਹਿਲਾਂ ਅਸੀਂ ਦੱਸ ਰਹੇ ਸੀ ਕਿ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਕਿਸੇ ਨਾਲ ਵੀ ਸਾਂਝਾ ਕਰਨ ਦਾ ਟਾਂਗੇ ਵਾਲੇ ਲੂਣਾ ਦਾ ਯਤਨ ਕਾਮਯਾਬ ਨਹੀਂ ਸੀ ਹੋਇਆ। ਉਸਨੇ ਸੋਚਿਆ ਕਿ ਇੰਨੇ ਸਾਰੇ ਲੋਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਉਸਦੇ ਗਮ ਨੂੰ ਸੁਣੇ, ਉਸਨੂੰ ਹਮਦਰਦੀ ਦੇ ਦੋ ਬੋਲ ਕਹੇ। ਉਸਦੀ ਬਿਪਤਾ ਬੇਅੰਤ ਸੀ, ਸਾਰੀਆਂ ਹੱਦਾਂ ਤੋਂ ਪਰੇ। ਜੇ ਉਸਦਾ ਦਿਲ ਫਟ ਜਾਂਦਾ ਅਤੇ ਉਸਦਾ ਦਰਦ ਬਾਹਰ ਨਿਕਲ ਵਹਿ ਤੁਰਦਾ ਤਾਂ ਇਹ ਸਾਰਾ ਸੰਸਾਰ ਭਰ ਜਾਂਦਾ, ਅਜਿਹਾ ਲੱਗਦਾ ਸੀ ਉਹਨੂੰ। ਪਰ ਫਿਰ ਵੀ ਇਹ ਦੁੱਖ ਦਿਖਾਈ ਨਹੀਂ ਦਿੰਦਾ ਸੀ। ਇਸਦੇ ਅਜਿਹੇ ਨਿਗੂਣੇ ਖੋਲ ਵਿੱਚ ਲੁਕਣ ਦੀ ਜਗ੍ਹਾ ਲੱਭੀ ਸੀ ਜਿਸ ਨੂੰ ਦਿਨੇ ਮੋਮਬੱਤੀ ਨਾਲ ਵੀ ਭਾਲਣਾ ਸੰਭਵ ਨਹੀਂ ਸੀ। ਕੋਚਵਾਨ ਲੂਣਾ ਨੇ ਇੱਕ ਸ਼ਖਸ ਨੂੰ ਟਾਂਗੇ ਦੇ ਕੋਲ ਆਉਂਦੇ ਵੇਖਿਆ। ਇਹ ਕੋਈ ਕੁੱਲੀ ਲੱਗਦਾ ਸੀ। ਲੂਣਾ ਨੇ ਸੋਚਿਆ ਉਹ ਇਸ ਨਾਲ ਗੱਲ ਕਰੇ। ਉਸਨੇ ਫਿਰ ਆਪਣੀ ਗੱਲ ਸ਼ੁਰੂ ਕੀਤੀ, ਭਰਾ ਕੀ ਵਕਤ ਹੋਇਆ ਹੈ? ਉਸ ਕੁੱਲੀ ਨੇ ਜਵਾਬ ਦਿੱਤਾ, 10 ਵਜੇ ਨੇ। ਲੇਕਿਨ ਤੂੰ ਇਸ ਜਗ੍ਹਾ 'ਤੇ ਕਿਉਂ ਖੜ੍ਹਾ ਹੈ? ਇੱਥੋਂ ਆਪਣਾ ਟਾਂਗਾ ਹਟਾ ਲੈ, ਰਫੂ ਚੱਕਰ ਹੋ ਜਾ ਇੱਥੋਂ। ਲੂਣਾ ਨੇ ਟਾਂਗੇ ਨੂੰ ਤੋਰ ਲਿਆ, ਕੁਝ ਫਾਸਲੇ ਉੱਤੇ ਟਾਂਗਾ ਰੋਕਿਆ। ਉਸਨੂੰ ਲੱਗਾ ਕਿ ਦੁੱਖ ਸਾਂਝਾ ਕਰਨ ਲਈ ਲੋਕਾਂ ਕੋਲ ਵਾਸਤੇ ਪਾਉਣ ਦਾ ਕੋਈ ਲਾਭ ਨਹੀਂ। ਉਹ ਆਪਣੇ ਆਪ ਨੂੰ ਦੁਹਰਾ ਕਰਕੇ ਗਰਦਨ ਚੁਕਰਾ ਕੇ ਬੈਠ ਗਿਆ। ਉਸਨੂੰ ਮਹਿਸੂਸ ਹੋਇਆ ਕਿ ਉਸਦੇ ਢਿੱਡ ਵਿੱਚ ਮਰੋੜ ਉੱਠ ਰਹੇ ਨੇ। ਉਸਨੇ ਆਪਣੇ ਆਪ ਨੂੰ ਸਿੱਧਾ ਕੀਤਾ, ਆਪਣੇ ਟਾਂਗੇ ਦੀਆਂ ਵਾਗਾਂ ਜਿਹੜੀਆਂ ਉਹ ਖਿੱਚੀਆਂ। ਉਸਦੇ ਦਿਲ ਵਿੱਚ ਕਿਹਾ ਕਿ ਹੁਣ ਆਪਣੇ ਅੱਡੇ 'ਤੇ ਚੱਲਣਾ ਚਾਹੀਦਾ ਹੈ। ਉਸਦੀ ਕੁੜੀ ਜਿਵੇਂ ਸਭ ਕੁਝ ਸਮਝ ਕੇ ਦੁੜਕੀ ਚਾਲ ਚੱਲਣ ਲੱਗਦੀ ਹੈ। ਲਗਭਗ 1.5 ਘੰਟੇ ਬਾਅਦ ਲੂਣਾ ਇੱਕ ਬਹੁਤ ਵੱਡੇ ਗੰਦੇ ਜਿਹੇ ਸਟੋਵ ਦੇ ਕੋਲ ਬੈਠਾ ਹੈ ਅਤੇ ਸਟੋਵ ਦੇ ਆਲੇ ਦੁਆਲੇ ਜ਼ਮੀਨ ਅਤੇ ਬੈਂਚਾਂ 'ਤੇ ਬਹੁਤ ਸਾਰੇ ਲੋਕ ਘੁਰਾੜੇ ਮਾਰ ਰਹੇ ਨੇ। ਹਵਾ ਵਿੱਚ ਗੰਧ ਅਤੇ ਹੁੰਮਸ ਭਰੀ ਹੈ। ਲੂਣਾ ਸੁੱਤੇ ਹੋਏ ਲੋਕਾਂ ਵੱਲ ਵੇਖਦੇ ਹੋਏ ਆਪਣੇ ਆਪ ਨੂੰ ਖੁਰਕਦਾ ਹੈ, ਖਜਾਉਂਦਾ ਹੈ। ਉਸਨੂੰ ਅਫਸੋਸ ਹੁੰਦਾ ਹੈ ਕਿ ਉਹ ਇੰਨੀ ਜਲਦੀ ਕਿਉਂ ਚਲਾਇਆ, ਅੱਜ ਤਾਂ ਮੈਂ ਘੋੜੇ ਦੇ ਚਾਰੇ ਜੋਗਾ ਵੀ ਨਹੀਂ ਕਮਾ ਪਾਇਆ। ਲੂਣਾ ਆਪਣੇ ਖਿਆਲਾਂ ਵਿੱਚ ਗੁੰਮ ਸੋਚ ਰਿਹਾ ਸੀ। ਇੰਨੇ ਵਿੱਚ ਇੱਕ ਕੋਨੇ ਵੱਲੋਂ ਇੱਕ ਕੋਚਵਾਨ ਉੱਠਿਆ। ਉਹ ਨੀਂਦ ਵਿੱਚ ਹੀ ਪਾਣੀ ਦੇ ਬਰਤਨ ਦੀ ਤਰਫ ਵਧਿਆ। ਲੂਣਾ ਨੇ ਗੱਲ ਤੋਰਨ ਲਈ ਪੁੱਛਿਆ ਕਿ ਪਿਆਸ ਲੱਗ ਰਹੀ ਹੈ? ਉਸਨੇ ਅੱਗੋਂ ਕਿਹਾ, ਇਹ ਵੀ ਕੋਈ ਪੁੱਛਣ ਦੀ ਗੱਲ ਹੈ? ਉਹ ਨਹੀਂ ਦੋਸਤ, ਤੂੰ ਰਾਜ਼ੀ ਰਹਿ, ਲੇਕਿਨ ਕੀ ਤੈਨੂੰ ਪਤਾ ਹੈ ਕਿ ਮੇਰਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ? ਕੀ ਤੂੰ ਸੁਣੀ ਹੈ ਮੇਰੀ ਗੱਲ? ਇਸ ਹਫ਼ਤੇ ਹਸਪਤਾਲ ਵਿੱਚ ਮੇਰਾ ਪੁੱਤਰ, ਲੰਬੀ ਕਹਾਣੀ ਹੈ। ਲੂਣਾ ਆਪਣੇ ਕਹੇ ਦਾ ਅਸਰ ਵੇਖਣਾ ਚਾਹੁੰਦਾ ਹੈ, ਪਰ ਉਹ ਕੁਝ ਨਹੀਂ ਵੇਖ ਸਕਿਆ। ਉਸ ਜਵਾਨ ਨੇ ਆਪਣਾ ਚਿਹਰਾ ਢੱਕ ਲਿਆ। ਪਾਣੀ ਪੀਣ ਤੋਂ ਬਾਅਦ ਦੁਬਾਰਾ ਡੂੰਘੀ ਨੀਂਦ ਵਿੱਚ ਚਲਾ ਗਿਆ। ਅਸੀਂ ਦੱਸ ਰਹੇ ਸੀ ਕਿ ਇੱਕ ਟਾਂਗੇ ਵਾਲੇ ਲੂਣਾ ਦਾ ਆਪਣੇ ਜਵਾਨ ਪੁੱਤਰ ਦੀ ਮੌਤ ਦਾ ਦੁੱਖ ਸਾਂਝਾ ਕਰਨ ਦਾ ਕੋਈ ਵੀ ਯਤਨ ਕਾਮਯਾਬ ਨਹੀਂ ਸੀ ਹੋ ਰਿਹਾ। ਉਹਦੇ ਪੇਸ਼ੇ ਨਾਲ ਜੁੜਿਆ ਨੌਜਵਾਨ ਕੋਚਵਾਨ ਵੀ ਉਹਦੇ ਦੁੱਖ ਦਾ ਹੁੰਗਾਰਾ ਨਹੀਂ ਸੀ ਭਰਦਾ। ਲੂਣਾ ਇੱਕ ਲੰਬਾ ਸਾਹ ਲੈ ਕੇ ਆਪਣਾ ਸਿਰ ਖੁਰਕਦਾ ਹੈ।
उसके बेटे नूं मरे एक हफ्ता हो गया है, लेकिन इस बारे वो किसी नाल भी ठीक तरीके नाल गल नहीं कर सकिया। बहुत हौली हौली अते बड़े ध्यान नाल ही ये सब कुछ दस्या जा सकता है कि किवें उसका पुत्र बीमार पिया, किवें उसने दुख भोगिया, तो मरण तो पहला उसने की किया, तो किवें उसने दम तोड़ दिता। दफन दे वक्त की एक एक गल दसनी भी जरूरी है, तो यह भी कि उसने किवें हस्पताल जा के मर चुके अपने पुत्र दे कपड़े ले, तो उस समय उसकी धी पिंड विच सी, उसके बारे भी दसना जरूरी है। उसके कोल दसण लई इन्ना कुछ है, तो सुनने वाला जरूर एक लंबी साह लवेगा, तो उस नाल हमदर्दी जताएगा। औरतों नाल गल करना भी अच्छा है, हालांकि वो सोचता है कि औरतां शायद उसका दुख वड़ा सकन, उन्होंने रुवा देने लई तां भावुका भरे दो शब्द ही काफ़ी होंदे ने। चलो जरा अपनी घोड़ी नूं वेख लां, लूना सोचता है सौण लई तां जे बथेरा वक्त है, उसनों की परवाह। लो जी, लूना अपना कोट पहन के अस्तबल विच अपनी घोड़ी दे कोल चला जाता है, नाल ही दाणा सुक्का घा ते मौसम दे बारे विच सोचता रहिंदा है। अपने बेटे दे बारे विच इकल्ले सोचण दी हिम्मत वो नहीं जुटा पाउंदा। लूना अपनी घोड़ी कोल जाता है ते अपनी घोड़ी नूं पुछदा है कि तू चारा खा रही है। वो घोड़ी दियां चमकदियां अखां वेख के कहिंदा है, ठीक है दब के खा, शाबाश। हालांकि अज असी अपने दाने जोगा नहीं कमा सके, पर कोई गल नहीं, असी सुक्का खा ही खा लें। हाँ ये सच है कि मैं हुण बुढ़ा हो गया, टांगा वाहुण जोगा नहीं रहा। हाँ पर तैनूं पता है मेरा पुत्र वाह सकदा सी, किन्ना शानदार कोचबान सी मेरा पुत्र, काश अज वो जिंदा हुंदा। तो फिर गल अपनी घोड़ी ना करदे करदे वो कोचबान लूना चुप हो जाता है। फिर अपनी गल जारी रखते हुए कहिंदा है कि हाँ मेरी प्यारी पुरानी दोस्त, यही सच है कि मेरा प्यारा पुत्र हुण इस संसार ते नहीं रहा, वो सानू इकल्या जीण लई छड के चला गया है। सोच हाँ जरा तेरा एक वशेरा होवे, तू उहदी माँ होवे, ते अचानक वशेरा तेनू अपने बाद इकली जीण लई छड के इस दुनिया तो चल वसे, किन्ना दुख पहुँचेगा ना तेनू, पहुँचेगा ना मेरी प्यारी घोड़ीए। उसकी छोटी जिही घोड़ी अपने मालक दे हाथ उत्ते साह छड़दी है, उसकी गल सुनदी है ते उसके हाथ नू चटदी है। अपने दुख दे बोझ हेठ दबिया होया लूना उस छोटी जी घोड़ी नूं अपनी सारी कहानी सुनाउंदा जांदा है, ते उसके गल नाल जफ्फी पा के रोण लगता है। सो दोस्तों कहानी इत्थे खत्म है। ऐसी महान चैखव की महान कहानी जो संसारी लोगों के स्वै केंद्रित हो जाने एक तिखा व्यंग करती है। सानू किसी गरीब का दुख सुनने लई भी टाइम कढ़ना औखा लगता है। आओ असी दूजिआं दे दुख वंडाउण वाले दिल नूं जिउंदा रखीए, इहो ही साडे जिउंदे होण दी निशानी है। जिस दे सीने विच किसी दा दुख सुनने वाला दिल नहीं, वह बंदा पत्थर है। आओ पत्थर हो जाण तों बचिए, ते हो सके तां अपनी इंसानियत नूं बचाउण दा चारा करदे रहिए। इहने नाल ही मैनूं दिओ आग्या, ते जे तुहानूं प्रोग्राम चंगा लगदा हुंदा है तां हेठ लिखे नंबरां दे उपर तुसीं हुंगारा भरदे रहा करो। खुश रहो, आबाद रहो, ते वेखते रहो प्राइम एशिया टीवी, तुहाडा अपना तुहाडे लई। प्राइम एशिया टीवी दिल दीआं गहराइयां चों आप सब वल्लों दित्ते प्यार लई धन्नवादी है कि थोड़े जे समें विच ही तुसीं सानूं घर घर दी पसंद बना दित्ता है। अजिहे च असीं पहलां नालों वी ज़्यादा मेहनत नाल होर नवें प्रोग्राम लैके आ रहे हैं, पर तुहाडे साथ तों बिना असीं कुछ वी नहीं हाँ। सो यूट्यूब ते साडा चैनल सबसक्राइब करना ना भुलना, ते बैल दा बटन जरूर दबाउणा तां जो नवें प्रोग्रामां दा नोटिफिकेशन तुहानूं मिल सके। इन्हां प्लेटफॉर्म्स ते वी तुसीं सानूं देख सकदे हो, ते इस दे नाल ही इन्हां सारे प्लेटफॉर्म्स ते वी असीं अवेलेबल हाँ, ते साडा फेसबुक पेज वी लाइक करना। प्राइम एशिया टीवी, तुहाडा अपना, तुहाडे लई।